हेलो, की हाल चाल सारे ने आप निकल सारे ने बढ़िया होंगे। मैं ना गिफ्ट लेके आई थी अपने न्यू न्यू पिया उठो सही बैग तो ले दो ले दो सो मेनू दसो पुरानियों बना सुनाई जा ने चक्को जाना तो बोलता हां मैं तेरे पैरों लाए हाथ लोग पीना लिया ਇਦਾਂ ਬੈ ਇੱਥੇ ਆ ਮੇਰੇ ਕੋਲ ਸੁਣਾਣ ਲੈ ਗਿਆ ਨਾ ਉਹਨੂੰ ਸਮਝਾਇਆ ਕਰ ਆਪਣੇ ਪਾਪਾ ਨੂੰ ਸਾਜੂ ਕੰਮ ਲੈ ਗਿਆ ਕੋਈ ਤੂੰ ਲੈ ਗਿਆ ਕਰ ਪਤਾ ਨਹੀਂ ਲੱਗਦਾ ਦੇ ਲਾ ਜਾ ਲੈ ਗਿਆ ਕਰ ਲੈ ਨਿੱਕਾ ਬੱਚਾ ਕਿੱਦਾਂ ਕਰਮ ਕਰੂਗਾ ਉਹਨੂੰ ਦੱਸ ਕੋਈ ਨਿੱਕਾ ਬੱਚੇ ਨੂੰ ਬਾ ਕਰੂਗਾ ਨਹੀਂ ਹੁਣ ਪਹਿਲਾਂ ਕੌਣ ਲੈ ਕੇ ਆਉਂਦਾ ਤੂੰ ਹੈ ਤੂੰ ਦੱਸ ਪਾਪਾ देखिया बच्चे मन के सच्चे होते जराबा दी ਚਾਰ ਕੋ ਬੰਦ ਰਹਿ ਨੂਨੂ ਪਾਪਾ ਪਾਪਾ ਆ ਪਾਪਾ ਨੇ ਉੱਧਰ ਪੈਰ ਰੱਖਿਆ ਤਾਂ ਕਰਕੇ ਹੋ ਗਿਆ ਤੜ ਕਾਉਂਦੀ ਸਰ ਜੀ ਤੂੰ ਮਾਰਿਆ ਨਹੀਂ ਮਾਰਿਆ ਤੂੰ ਨਹੀਂ ਮਾਰਿਆ ਹੁਣ ਨਿੱਕਾ ਤੂੰ ਦੀ ਵਾਰ ਆਪਣੀ ਪਰੀ ਪਨੀਰ ਖਾ ਲਈ ਤੂੰ ਹੋ ਰੋਟੀ ਖਾਣੀ ਆਈ ਜੇ ਨਿਗਾ ਵਿੱਚ ਲਾਦੀ ਪਨੀਰ ਚ ਨਿਗਾ ਆਈ ਵਾ ਲੈ ਹੁਣ छुट्टी ਨਾ ਸ਼ਨੀਆ ਤੇ ਛੁੱਟੀ ਆਪਾਂ ਚੱਲੀਏ ਮੰਮੀ ਕੋਲ ਚਲੋ 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 ਮੰਮੀ ਦੇ ਦੋ ਮੰਮੀ ਸਵੇਨ ਚਲੀ ਹੋਰ ਦੇ ਮੰਮੀ 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 ਦੇ ਦੋ ਸਵੇਨ ਮੰਮੀ ਛੁੱਟੀ ਆ ਸੈਟਰਡੇ ਸੰਡੇ ਨੂੰ ਤਾਂ ਛੁੱਟੀ ਆ ਮੰਡੇ ਨੂੰ ਸਕੂਲ ਜਾਣਾ ਇਹਨੇ ਸਕੂਲ ਜਾਣਾ ਇਹਨੇ ਮੈਂ ਸਕੂਲ ਨੂੰ ਹੋ ਗਏ ਫਿਰ ਰਾਤ ਹੋ ਗਈ ਜੀ ਹੋਰ ਚੱਲੀ ਜਾਣਾ ਨਹੀਂ ਕਿ साल हो गया मैं लेना नहीं सूट मैं पैसे जोड़े आ मैं अपने पैसे जोड़ के मैं पता नहीं किन्ना टाइम जोड़ दी हूं शॉपिंग करनी मैं चंगी रख के ਅਹੀਂ ਤਾਂ ਆਪਣੇ ਲਈ ਆਉਣਾ ਸਭ ਕੁਝ ਤੇ ਕੋਈ ਮਮਾ ਸੂਟ ਲਗਦਾ ਨਾ ਨਾ ਲਗਦਾ ਦੱਸੋ ਕਦੋਂ ਲਗਦਾ ਹੋਵੇ ਨਹੀਂ ਲਗਦਾ ਝੂਟ ਕਿੰਨਾ ਨਾ ਅਜੇ ਰਾਨੀਆਂ ਨੂੰ ਪੇ ਸੂਟ ਵੀ ਲਗਦੇ ਆ ਜਿੰਨਾ ਨਹੀਂ ਪੇ ਸੂਟ ਲਗਦੇ ਪੇ ਤੇ ਨਹੀਂ ਲੈਂਦੇ ਘਰ ਵਾਲਾ ਲੈ ਕੇ ਦਿੰਦਾ ਤੇਰਾ ਪਾਪਾ
ਕੁੜੀ ਦਾ ਕੁਝ ਨਹੀਂ ਹੋ ਜਾਂਦਾ। ਇਹ ਗੱਲ ਸਹੀ ਆ, ਇਹ ਗੱਲ ਸਹੀ ਆ। ਤੂੰ ਜੀ ਲਾ ਕੇ ਵਿਰਿੰ ਦਿੰਦੇ, ਲਾ ਕੇ ਵਿਰਿੰ ਦਿੰਦੇ। ਨਾ ਵੀ ਸੂਟ ਲੈ ਦਿੱਤਾ ਕਦੇ, ਨਾ ਵੀ ਜੁੱਤੀ ਲੈ ਦਿੱਤੀ। ਬਾਲ ਕੀ ਲਾ ਦਿੱਤਾ? ਸਾਡੇ ਤੋਂ ਬਟਾ ਪੈਸੇ, ਅਸੀਂ ਤਾਂ ਆਪਣੇ ਪੈਸੇ ਜੋੜ ਕੇ ਫੇਰ ਚੀਜ਼ ਲਈਦੀ। ਇੱਕ ਵੀ ਚੀਜ਼ ਦੱਸ ਦੋ ਨਾ, ਜਿਹੜੀ ਇੱਕ ਵੀ ਚੀਜ਼ ਤੁਸੀਂ ਲਾ ਦਿੱਤੀ ਕੋਈ, ਤੁਸੀਂ ਦੱਸੋ ਨਾ। ਆਹੋ ਮੈਂ ਪਹਿਲੇ ਨਾ ਲਾ ਕੀ ਲੈ ਦਿੱਤਾ, ਕਿ ਜੁੱਤੀ ਸਾੜੀ ਲੈ ਦਿੰਦੇ। ਮੈਨੂੰ ਬਾਰ ਬਾਰ ਤੁਹਾਨੂੰ ਕਿਹਾ ਸੀ ਮੇਰੇ, ਤੈਨੂੰ ਜੁੱਤੀ ਲੈ ਦਿੱਤੀ, ਉਦੋਂ ਸੂਟ ਲੈ ਦਿੱਤਾ, ਇਹਨੇ ਨਾਈਟ ਸੂਟ ਲੈ ਦਿੱਤੇ। ਇੱਕ ਲੈ ਕੇ ਉਹੀ ਸੁਣਾਈ ਜਾਂਦੇ ਮੈਨੂੰ, ਦੱਸੋ ਪੁਰਾਣੀਆਂ ਵਾਲਾ ਸੁਣਾਈ ਜਾਂਦੇ। ਚੱਕੋ ਚਾਹਣਾ ਸਮੋਸਾ ਨਵੀਆਂ ਹੁਣ ਕੱਲ ਦੇ ਲਿਆ ਕੇ ਦਵਾਂ ਪੁਰਾਣੀਆਂ ਕਹਿੰਦੇ ਮੈਨੂੰ ਦੇਖ। ਮੈਨੂੰ ਨਾ ਜਦੋਂ ਮੈਡਮ ਵਿਆਹ ਨਹੀਂ ਨਾ ਹੋਇਆ ਸੀ, ਮੈਨੂੰ ਉਦੋਂ ਕਹਿੰਦੇ ਸੀ ਤੈਨੂੰ ਮੈਂ ਬਾਰ ਮੁੜ ਕਰਾ ਕੇ ਦਊਂਗਾ, ਦੇਖ ਲਾ ਬਾਲ ਆ ਜੇ ਕਰਾ ਦਿੱਤੇ ਫਿਰ ਕਹਿ ਕਿਉਂ ਫਸਾਉਣਾ ਨਹੀਂ ਸੀਗਾ ਵੈਰ ਨੂੰ ਦੇਖ। ਹੁਣ ਤਾਂ ਫਸਾ ਲਿਆ, ਵਿਆਹ ਹੋ ਗਿਆ, ਹੁਣ ਕਿਹੜੇ ਬਾਲ ਤੇ ਕਿਹੜੇ ਲਵਾਉਣ, ਕਿਹੜੇ ਬਾਲ ਤੇ ਕਿਹੜੇ ਛਾੜ। ਜੈਜੂ ਦੇਖ ਲਾ, ਕਰਨਾ ਜੀ ਸਾਡੇ ਚੈਨਲ ਨੂੰ, ਤੇ ਸਾਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ, ਫੇਸਬੁੱਕ ਤੇ ਵੀ ਕਰਨਾ ਜੀ ਸਾਨੂੰ, ਤੇ ਯੂਟਿਊਬ ਤੇ। ਆਹ ਮੈਂ ਤੇਰੇ ਪੈਰਾਂ ਨੂੰ ਲਾਏ ਹੱਥ, ਆ ਤੈਨੂੰ ਟੇਕਿਆ ਮੱਥਾ, ਤੇ ਤੇਰੀ ਮਾਂ ਨੂੰ ਟੇਕਿਆ ਮੱਥਾ, ਤੇ ਜਾਓ ਮੱਥਾ ਟੇਕ ਕੇ ਦੁੱਧ ਲੈ ਕੇ ਆਓ, ਦੁੱਧ ਲੈ ਕੇ ਆਓ ਮੱਥਾ। ਅਸੀਂ ਕੰਮ ਤੇ ਵੀ ਜਾਣਾ ਭਾਈ, ਅਸੀਂ ਵੀ ਜਾਣਾ ਹੋਵੇ, ਤਾਂ ਕੀ ਜਾਈ ਲੈ ਕੇ ਦੇਣੀ ਆ। ਤੁਸੀਂ ਤਾਂ ਸਾਨੂੰ ਕੋਈ ਕੰਜਨੀ ਚੀਜ਼ ਲੈ ਕੇ ਨਹੀਂ ਦਿੱਤਾ, ਨਾ ਕੋਈ ਲੈ ਕੇ ਦੇਣਾ ਆ, ਆਪਣੇ ਦੁੱਧ ਲੈ ਜਾਣੀ ਮੇਲਾ ਕਿ ਨਾ ਉੱਤਾ ਹੋ ਜਾਣਾ। ਚਲੋ ਚਲੋ ਤੁਸੀਂ ਬਸ ਖਾਣ ਦੇ ਭੁੱਖੇ ਹੋ ਗਏ, ਸਾਰੇ ਸਾਜੂ ਤਾਂ ਪੂਰੀ ਖਾਣ ਦੀ ਭੁੱਖੀ ਆ ਨਾ ਬਸ। ਇਹ ਗੱਲ ਇਹ ਗੁੰਡੋ ਦੋੜੀ ਕਰਾ ਕਰ, ਮੈਨੂੰ ਭੁੱਖੀ ਨਹੀਂ ਕਰਾ, ਇਹ ਬੱਚਿਆਂ ਵਾਲੇ ਖਮਾਨੇ ਆ। ਗਰਮੀ ਲਾਦੀ ਨਾ ਅੱਜ, ਗਰਮੀ ਦਾ ਗਰਮੀ ਦਾ ਧੁੱਪ ਵਿੱਚ ਪੈਂਦੀ ਨਹੀਂ, ਬਹੁਤ ਮੌਸਮ ਚੇਂਜ ਹੋ ਗਿਆ ਹੁਣ। ਪੱਖਾ ਚਲਾ ਦੇ, ਨਹੀਂ ਦੇਖ ਲਓ ਜੀ ਠੰਡ ਲੱਗਣੀ ਵੇ। ਚਲ ਹੁਣ ਤੂੰ ਵੱਡੀ ਹੋ ਗਈ, ਲੈ ਕੇ ਦੇ ਮੈਨੂੰ ਕੁਝ, ਆ ਦੇ ਤੂੰ ਵੱਡੀ ਹੋ ਗਈ। ਨਹੀਂ ਨਹੀਂ ਹੋ ਗਈ ਆ, ਅੱਛਾ ਰੱਖ ਮੇਰੇ ਪਾਸ, ਦੂਜਾ ਵੀ ਰੱਖ, ਦੂਜਾ ਵੀ ਰੱਖ, ਰੱਖ ਰੱਖ ਦੇ ਰੱਖ ਦੇ ਵੱਡੀ ਹੋ ਗਈ। ਹੈਲੋ ਕੀ ਹਾਲ ਚਾਲ ਆ ਸਾਰਿਆਂ ਦਾ, ਨਿੱਕੇ ਸ਼ਰਨ ਵਧੀਆ ਹੋਊਗੇ। ਮੈਂ ਨਾ ਗਿਫਟ ਲੈ ਕੇ ਆਈ ਸੀ ਆਪਣੇ ਹੋਸਪਿਟਲ ਲਈ, ਇਹਨਾਂ ਨੂੰ ਨਹੀਂ ਪਤਾ ਕੀ ਲੈ ਕੇ ਆਈ ਹਾਂ, ਬਟ ਮੈਂ ਆਪਣੇ ਵੱਲੋਂ ਗਿਫਟ ਦਿੱਤਾ ਇਹਨਾਂ ਨੂੰ। ਹੁਣ ਜਾ ਕੇ ਦੇਖਦੇ ਕਿਹੜਾ ਗਿਫਟ ਦਿੱਤਾ ਆ, ਇਹਨਾਂ ਨੇ ਕਦੀ ਆਪਣੇ ਲਈ ਕੁਛ ਨਹੀਂ ਲਿਆ, ਜੋ ਇਹਨਾਂ ਨੂੰ ਪਸੰਦ ਆ ਇਹਨਾਂ ਨੇ ਕਦੀ ਨਹੀਂ ਲਿਆ, ਬਟ ਐਤਕੀ ਮੈਂ ਲੈ ਦਿੱਤਾ। ਲਓ ਜੀ ਹੁਣ ਆਪਾਂ ਜਾਵਾਂਗੇ ਅੰਦਰ, ਅਤੇ ਤੁਹਾਨੂੰ ਦਿਖਾਉਂਦੇ ਮੈਂ ਕੀ ਲੈ ਕੇ। ਨੂਨੂ ਕੈਸੇ ਹੋ, ਮੈਂ ਆ ਗਈ। ਜੇ ਕਿਆ ਕਰ ਰਹੇ ਹੈ, ਜੇ ਤੂੰ ਸੋ ਰਹੇ ਹੈ। ਹੈਲੋ ਨੂਨੂ, ਨੂਨੂ ਉੱਠੋ ਸਹੀ, ਲੈ ਸੂਟ ਹੋਰ ਲਿਆ ਦਾ ਸੂਟ ਲਓ, ਦੇਖੋ ਸੂਟ ਮੇਰਾ ਨਵਾਂ ਸੂਟ ਲੈ ਕੇ ਆਉਂਦਾ ਮੈਂ ਆਪਣੇ ਲਈ, ਇੱਕ ਸੂਟ ਜੁੱਤੀ ਵੀ ਲੈ ਕੇ ਆਉਂਦੀ ਨਾ ਵੇ, ਡੱਬੇ ਦੇ ਪੈਕ ਆ। ਖੋਲੋ ਸਹੀ, ਤੁਹਾਡੇ ਲਈ ਕਿੱਦਾਂ ਲੱਗਿਆ, ਖੋਲ ਕੇ ਦੇਖੋ ਮੇਰੇ ਵੱਲੋਂ ਤੁਹਾਨੂੰ ਫੋਨ, ਹੋਰ ਵੀ ਦੇਖੋ ਵਿੱਚ ਇੱਕ ਹੋਰ ਚੀਜ਼ ਹੋਰ ਆ, ਇੱਕ ਚੀਜ਼ ਹੋਰ ਲਿਆਂਦੀ ਆ, ਵਾਓ ਇਹ ਕੀ ਆ, ਜੋ ਜੋ ਤੁਹਾਨੂੰ ਪਸੰਦ ਆ ਬੈਗ ਤੋਂ ਲੈ ਦੂੰ, ਲੈ ਦੋ ਸਰ।
ਕਿੱਦਾਂ ਦਾ ਲੱਗਿਆ, ਕਿੱਦਾਂ ਦਾ ਫੀਲ ਹੋ ਰਿਹਾ? ਥੈਂਕ ਯੂ, ਦਿਖਾਓ ਤੁਹਾਨੂੰ ਮੇਰੀ ਵਾਈਫ ਨੇ ਮੈਨੂੰ ਜੀ ਲੈ ਕੇ ਦਿੱਤਾ ਹੈਗਾ ਫੋਨ। ਮੇਰਾ ਫੋਨ ਪਹਿਲੇ ਵਾਲਾ ਕਿੱਥੇ ਆ ਪੁਰਾਣਾ, ਮੈਂ ਲੈਂਦਾ ਨਹੀਂ ਸੀਗਾ ਫੋਨ ਤੇ ਚੋਰੀ ਚੋਰੀ ਲਿਆ ਦਿੱਤਾ, ਮੈਂ ਆਪਣੇ ਭਰਾ ਨਾਲ ਗਈ ਸੀ। ਆਹ ਫੋਨ ਲੈ ਕੇ ਦਿੱਤਾ ਜੀ ਮੈਨੂੰ ਵੀਵੋ 25 ਪ੍ਰੋ। ਥੈਂਕ ਯੂ ਥੈਂਕ ਯੂ ਥੈਂਕ ਯੂ ਮਾਈ ਲਾਈਫ ਪਾਰਟਨਰ, ਥੈਂਕ ਯੂ। ਮੈਂ ਤਾਂ ਕੋਈ ਚੀਜ਼ ਲੈਂਦਾ ਨਹੀਂ ਹੁੰਦਾ, ਇਹਨੂੰ ਲੈ ਦਿੱਤਾ ਇੱਕ। ਆਹ ਆਹ ਕੀ ਪਤਾ ਸੀਗਾ ਇਹੜਾ ਤੁਹਾਨੂੰ ਪਸੰਦ ਆ ਗਾਣੇ ਵਜਾਉਣ ਲਈ। ਮੈਨੂੰ ਵੀ ਨਹੀਂ ਪਤਾ ਕੀ ਕਹਿੰਦੇ ਆ, ਵੈਸੇ ਤੁਹਾਨੂੰ ਪਸੰਦ ਹੀ ਮੈਂ ਵਿਕਰਮ ਨਾਲ ਲੈ ਗਈ ਸੀ, ਉਹਨੂੰ ਦੱਸਿਆ ਕਿ ਇਹ ਵਾਲੇ ਇਹਨਾਂ ਨੂੰ ਨਹੀਂ ਕਹਿੰਦੇ ਕੀ ਇਹਨਾਂ ਨੂੰ ਕਹਿੰਦੇ ਆ। ਅੱਛਾ ਅੱਛਾ ਗਾਣੇ ਜ਼ਿਆਦਾ ਬਲੂਟੂਥ ਟੈਗ ਕਰ। ਵਾਓ ਥੈਂਕ ਯੂ ਸੋ ਮੱਚ, ਵੈਲਕਮ ਜੀ। ਮੈਨੂੰ ਤਾਂ ਚੈਨ ਆ ਗਈ, ਚੈਨ ਮੇਰਾ ਦਿਲ ਤਾਂ ਕਰਦਾ ਹੈ ਪਰ ਮੈਂ ਲੈਂਦਾ ਨਹੀਂ ਸੀਗਾ, ਮੈਂ ਤਾਂ ਪੈ ਆ ਕਰਕੇ ਮੈਂ ਲੈਂਦਾ ਨਹੀਂ। ਮੈਂ 6 ਮਹੀਨੇ ਤੋਂ ਪੈਸੇ ਜੋੜ ਰਹੀ ਸੀ ਇਹਨਾਂ ਲਈ ਕਿ ਇਹਨਾਂ ਨੂੰ ਮੈਂ ਲੈ ਕੇ ਦੇਣਾ, ਇਹਨਾਂ ਨੇ ਵੀ ਫੋਨ ਲੈ ਦਿੱਤਾ ਸੀ ਪਹਿਲਾਂ। ਆ ਸੀ ਜੀ ਮੇਰੇ ਤੋਂ ਫੋਨ ਪਹਿਲੇ ਪੁਰਾਣਾ, ਇਹ ਬਹੁਤ ਹੈਂਗ ਹੁੰਦਾ ਸੀ ਤੇ ਇਹਨਾਂ ਨੂੰ ਚਲਾਉਣ 'ਚ ਬਹੁਤ ਦਿੱਕਤ ਆਉਂਦੀ ਸੀ, ਟੁੱਟ ਗਿਆ ਸੀਗਾ, ਇਸ ਕਰਕੇ ਮੈਂ 6 ਮਹੀਨੇ ਲਈ ਪੈਸੇ ਜੋੜਨ ਗਈ ਸੀ ਤੇ ਇਹਨਾਂ ਨੂੰ ਗਿਫਟ ਲੈ ਕੇ ਦਿੱਤੇ। ਇਹਦੇ ਵਿੱਚ ਇਦਾਂ ਆਵਾਜ਼ ਨਹੀਂ ਸੁਣਦੀ ਸੀ, ਇਹਨੂੰ ਫੋਨ ਕਰਦੀ ਹੁੰਦੀ ਸੀ, ਮੈਂ ਹੈਲੋ ਹੈਲੋ ਕਰੀ ਜਾਣਾ ਤੇ ਮੇਰੀ ਆਵਾਜ਼ ਇਹਨੂੰ ਸੁਣਦੀ ਸੀ, ਇਹਦੀ ਆਵਾਜ਼ ਨੂੰ ਸੁਣਦੀ ਨਹੀਂ ਸੀਗੀ। ਇਹ ਤੋਂ ਕੋਹੜੀ ਲੜਾਈ ਵੀ ਬਹੁਤ ਹੁੰਦੀ ਸੀ, ਮੈਂ ਫੋਨ ਚੇਂਜ ਨਹੀਂ ਕਰਦਾ ਸੀਗਾ ਤੇ ਇਹਨੇ ਫੋਨ ਕੋਈ ਹੋਰ ਲੈ ਲਓ, ਗਾਲਾਂ ਕੱਢੀ ਜਾਣੀਆਂ ਉਹ ਜੀ। ਹੁਣ ਤੁਹਾਨੂੰ ਪਤਾ ਅਸੀਂ ਤਾਂ ਫਿਰ ਘਰ ਸਾਰਾ ਕੁਝ ਦੇਖਣਾ ਹੁੰਦਾ ਤੇ ਮੈਂ ਇਸ ਕਰਕੇ ਇਹਨੇ ਫਿਰ ਪੈਸੇ ਪੂਸੇ ਜੋੜੇ ਮੈਨੂੰ ਲੈ ਕੇ ਦਿੱਤਾ। ਅੱਗੇ ਤੋਂ ਹੋਰ ਸਾਡੇ ਵੀਡੀਓ ਦੇਖਣ ਲਈ ਸਾਨੂੰ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵੀਡੀਓ ਲੈ ਕੇ ਆਵਾਂਗੇ। ਗਿਫਟ ਫਿਰ ਦੱਸੋ ਕਿੱਦਾਂ ਲੱਗੇ? ਮੇਰੇ ਪੁੱਤ ਵੀ ਇਹਨੇ ਨਾਲ ਗਿਆ, ਮੇਰੇ ਪੁੱਤ ਨੇ ਮੈਨੂੰ, ਮੈਂ ਇੱਕ ਫੁੱਟਬਾਲ ਲੈ ਦਿੱਤਾ ਸੱਚ, ਮੇਰਾ ਪੁੱਤ ਨੇ ਮੈਨੂੰ ਗਿਫਟ ਨਾਲ ਲੈ ਦਿੱਤਾ। ਹੋਰ ਪੁੱਤ ਲੈ ਦਿੱਤਾ ਗਿਫਟ ਨੂੰ ਨੂੰ ਵੀ ਅੱਗੇ ਨੂੰ ਦਾ ਬਰਥਡੇ ਆ, ਬਰਥਡੇ 'ਤੇ ਕੁਛ ਲੈ ਕੇ ਦੇਵਾਂਗੇ। ਚਲੋ ਠੀਕ ਹੈ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਡੇ ਚੈਨਲ ਨੂੰ ਤੇ ਸਾਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ, ਫੇਸਬੁੱਕ 'ਤੇ ਵੀ ਕਰਨਾ ਜੀ ਸਾਨੂੰ ਤੇ ਯੂਟਿਊਬ 'ਤੇ।